पंजाब सरकार वालों खेडा वतन पंजाब दियां प्रोग्राम जिहड़ा पिछले साल शुरू किया गया सीगा तुहानूं दस दईए कि खेडां नूं उत्साहित करने वास्ते प्रोग्राम पंजाब सरकार वालों उलीकिया गया सीगा। इस साल फिर तो जिहड़ा आ खेडा वतन पंजाब दियां पार्ट टू जिहड़ा उह उहदा आगाज़ हो चुक्या। अज पठानकोट दे विच मशाल जिहड़ा मार्च इत्थे पहुंचा सीगा। तुहानूं दस दईए कि जिहड़े बच्चे मशाल यात्रा इत्थे लै के पहुंचे सीगे डी सी पठानकोट होणां वालों पूरे प्रशासन वालों उहनां दा स्वागत किया गया ते मशाल नूं जिहड़ा हुशियारपुर जिले वास्ते रवाना किया गया। तुहानूं दस दईए कि इस मौके दे उप्पर आम आदमी पार्टी दे हलका इंचार्ज अमित सिंह मंटू वी इत्थे मौजूद रहे। उहनां ਵੀ ਆਪਾਂ ਗੱਲਬਾਤ ਕੀਤੀ ਆ, ਸੁਣਦੇ ਹਾਂ ਕੀ ਕਹਿਣਾ ਡੀਸੀ ਪਠਾਨਕੋਟ ਤੇ ਠਾਕੁਰ ਅਮਿਤ ਸਿੰਘ ਮੰਟੂ ਹੋਣਾ ਦਾ ਇਸ ਮਿਸਾਲ ਮਾਰਚ ਦੇ ਦੌਰਾਨ। ਤੁਸੀਂ ਜਿਵੇਂ ਕਿ ਵੇਖਿਆ ਹੈ ਸਾਡਾ ਖੇਡਾਂ ਵਤਨ ਪੰਜਾਬ ਜਿਹੜੀਆਂ ਇਸ ਸਾਲ ਦੀਆਂ ਹੈਗੀਆਂ ਉਹਦਾ ਪ੍ਰੋਸੈਸ ਸ਼ੁਰੂ ਹੋ ਚੁੱਕਾ ਹੈ। ਹੁਣੇ ਜਿਹੜੀ ਮਿਸਾਲ ਹੈਗੀ ਖੇਡਾਂ ਦੀ ਸਾਡੇ ਕੋਲ ਗੁਰਦਾਸਪੁਰ ਜ਼ਿਲ੍ਹੇ ਤੋਂ ਆਈ ਸੀ, ਜਿਸ ਨੂੰ ਅਸੀਂ ਅੱਜ ਇੱਥੇ ਪਠਾਨਕੋਟ 'ਚ ਰਿਸੀਵ ਕੀਤਾ ਹੈ ਔਰ ਇੱਥੇ ਪਠਾਨਕੋਟ ਆ ਕੇ ਸਾਡੇ ਜਿਹੜੇ ਪਠਾਨਕੋਟ ਦੇ ਬੱਚੇ ਹੈ ਇਹ ਮਿਸਾਲ ਹੁਣ ਹੁਸ਼ਿਆਰਪੁਰ ਜ਼ਿਲ੍ਹੇ ਦੀ ਹੱਦ ਤੱਕ ਲੈ ਕੇ ਜਾਊਗੇ। ਸੋ ਇਹ ਸਾਡਾ ਜਿਹੜਾ ਕਾਰਜਕ੍ਰਮ ਸ਼ੁਰੂ ਹੋ ਚੁੱਕਾ ਹੈ। ਇਹਦੇ ਵਿੱਚ ਪਹਿਲਾ ਜਿਹੜਾ ਹੈਗਾ ਸਟੈਪ ਉਹ ਹੈ ਕਿ ਸਾਡੇ ਬਲੋਕ ਲੈਵਲ ਦੀਆਂ ਖੇਡਾਂ ਹੋਣੀਆਂ ਹਨ। ਬਲੋਕ ਲੈਵਲ ਦੀਆਂ ਖੇਡਾਂ ਦੀ ਸਾਡੇ ਔਨਲਾਈਨ ਜਿਹੜੀ ਹੈਗੀ ਆ ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਹੈ। ਮੈਂ ਤੁਹਾਡੇ ਮਾਧਿਅਮ ਰਾਹੀਂ ਸਾਰਿਆਂ ਨੂੰ ਇਹ ਬੇਨਤੀ ਕਰੂੰਗਾ, ਰਿਕੁਐਸਟ ਕਰੂੰਗਾ ਕਿ ਜਿਹੜੇ ਜਿੰਨੇ ਵੀ ਸਾਡੇ ਖਿਡਾਰੀ ਹਨ ਉਹ ਹੁਮ ਆ ਕੇ ਔਨਲਾਈਨ ਵਿੱਚ ਰਜਿਸਟ੍ਰੇਸ਼ਨ ਕਰਨ। ਸਾਡੀਆਂ ਪੰਜਾਬ ਦੀਆਂ ਜਿਹੜੀਆਂ ਖੇਡਾਂ ਵਤਨ ਪੰਜਾਬ ਦੀਆਂ ਬਲੋਕ ਲੈਵਲ 'ਤੇ ਹੋਣੀਆਂ, ਉਹ ਪਠਾਨਕੋਟ ਸਾਡੇ 6 ਵੈਨਿਊਜ਼ ਹੈਗੇ ਆ ਜਿੱਥੇ ਹੋ ਰਹੀਆਂ ਹੈਗੀਆਂ ਔਰ ਉਹਦੇ ਵਿੱਚ ਸਾਰੇ ਜਿਹੜੇ ਹੈਗੇ ਆ ਵੱਖ ਵੱਖ ਕਿਸਮ ਦੇ ਜਿਹੜੇ ਸਾਡੇ ਮੁਕਾਬਲੇ ਹੋਣੇ ਆ ਜਿਹੜੇ ਉਹਨਾਂ 'ਚੋਂ ਜਿੱਤੂਗੇ ਬੰਦੇ ਔਰ ਉਸ ਤੋਂ ਬਾਅਦ ਸਾਡੀਆਂ ਫਿਰ ਡਿਸਟ੍ਰਿਕਟ ਲੈਵਲ ਦੀਆਂ ਹੋਣੀਆਂ ਹੈ। ਡਿਸਟ੍ਰਿਕਟ ਲੈਵਲ ਦੀ ਜਿਹੜੀ ਸਾਡੀ ਹੈਗੀ ਆ ਉਹ ਵੀ ਵੈਨਿਊ ਸਾਡੇ ਅਸੀਂ ਡਿਸਾਈਡ ਕਰ ਲਏ ਹੋਏ ਹੈਗੇ ਆ ਐਂਡ ਉਸ ਤੋਂ ਬਾਅਦ ਸਟੇਟ ਲੈਵਲ ਦੇ ਹੋਣੇ ਆ। ਸਟੇਟ ਲੈਵਲ ਦੀਆਂ ਸਾਨੂੰ 2 ਖੇਡਾਂ ਮਿਲੀਆਂ ਹਨ ਜਿਹੜੀਆਂ ਕਿ ਪੰਜਾਬ ਦੀਆਂ ਸਾਡੇ ਪਠਾਨਕੋਟ ਹੋ ਗਈਆਂ। ਰੋਇੰਗ ਐਂਡ ਕਾਇਕਿੰਗ ਜਿਹੜੀਆਂ ਹੈਗੀਆਂ ਉਹ ਅਸੀਂ ਰਣਜੀਤ ਸਾਗਰ ਡੈਮ 'ਚ ਉੱਥੇ ਕਰਵਾਉਣ ਜਾ ਰਹੇ ਹਾਂ ਜਿੱਥੇ GNDU ਦਾ ਇਹਨਾਂ ਦਾ ਇੱਕ ਛੋਟੇ ਜਿਹਾ ਟ੍ਰੇਡਿੰਗ ਫੈਸਿਲਿਟੀ ਵੀ ਹੈਗੀ ਹੈ। ਸੋ ਇਹ ਸਾਡਾ ਓਵਰਆਲ ਹੈ, ਉਹਦੇ 'ਚ ਆਪਾਂ ਸਾਰੇ ਅਰੇਂਜਮੈਂਟਸ ਅਸੀਂ ਕਰ ਚੁੱਕੇ ਹੈਗੇ ਹਾਂ। ਇੱਕ ਟੀਮ ਨਾਲ ਸਾਰੀ ਡਿਟੇਲ ਮੀਟਿੰਗ 2 ਦਿਨ ਪਹਿਲਾਂ ਹੋ ਚੁੱਕੀ ਹੈ, ਕਿਸ ਕਿਸ ਟੀਮ ਨੇ ਕੀ ਕਰਨਾ ਹੈ, ਗਰਾਊਂਡਸ ਤੋਂ ਲੈ ਕੇ ਇੰਪਲੋਈਜ਼ ਤੋਂ ਲੈ ਕੇ ਜਿਹੜੇ ਹੋਰ ਰੈਫਰੀਜ਼ ਹੈਗੇ ਆ, ਕੋਚਿਸ ਹੈਗੇ ਆ, ਵੇਰੀਅਸ ਕਮੇਟੀਆਂ ਜਿਹੜੀਆਂ ਸਾਰੀਆਂ ਬਣ ਚੁੱਕੀਆਂ, ਡਿਟੇਲ ਉਹਦੀ ਕਾਰਵਾਈ ਹੋ ਚੁੱਕੀ ਹੈ। ADC ਸਾਹਿਬ ਔਰ SDM ਸਾਹਿਬ ਨਾਲ ਮਿਲ ਕੇ ਉਹਦੀਆਂ ਟੀਮਾਂ ਬਣ ਚੁੱਕੀਆਂ ਹਨ ਔਰ ਸਾਡੇ ਡਿਸਟ੍ਰਿਕਟ ਸਪੋਰਟਸ ਅਫਸਰ ਸਾਹਿਬ ਜਿਹੜੇ ਹੈਗੇ ਸਭ ਹੋਰ ਕੰਮ ਕਰ ਰਹੇ ਹਨ। ਗਵਰਨਮੈਂਟ ਨੇ ਸਾਨੂੰ ਜਿਹੜਾ ਇਹਦਾ ਬਜਟ ਵਗੈਰਾ ਆ ਚੁੱਕਾ ਹੈ, ਸੋ ਐਵਰੀਥਿੰਗ ਇਜ਼ ਰੋਲਿੰਗ ਨਾਓ ਅਤੇ ਆਈ ਐਮ ਸ਼ੋਰ ਜਿੱਦਾਂ ਪਿਛਲੇ ਸਾਲ ਹੋਈਆਂ ਸੀ ਉਸ ਤੋਂ ਵੱਧ ਤੱਕ ਅੱਛੀਆਂ ਗੇਮਸ ਹੋ ਗਈਆਂ ਔਰ ਇਹਦੇ ਨਾਲ ਲੋਕਾਂ ਵਿੱਚ ਔਰ ਬੱਚਿਆਂ ਵਿੱਚ ਜਿਹੜਾ ਹੈ ਖਾਸ ਜਿਹੜਾ ਖੇਡਾਂ ਬਾਰੇ ਹੈਗਾ ਇੱਕ ਨਵੀਂ ਜਾਗਰੂਕਤਾ ਪੈਦਾ ਹੋਈ। ਥੈਂਕ ਯੂ। ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 2 ਦਾ ਜਿਹੜਾ ਅੱਜ ਮਿਸਾਇਲ ਹੈ ਇਹ ਅੱਜ ਆਪਣੇ ਜ਼ਿਲ੍ਹਾ ਪਠਾਨਕੋਟ ਦੇ ਵਿੱਚ ਇੱਥੇ ਆਈ ਹੈ ਜਿਹੜੀ ਇਹ ਮਿਸਾਲ। ਇਸ ਤੋਂ ਬਾਅਦ DC ਪਠਾਨਕੋਟ ਜੀ ਨੇ ਆਪਣੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਰਵਾਨਾ ਕੀਤੀ ਹੈ। ਸੋ ਮੈਂ ਜਿੰਨੇ ਵੀ ਤਮਾਮ ਜਿਹੜੇ ਸਾਡੇ ਬੱਚੇ ਹੈ, ਖਿਡਾਰੀ ਹੈ ਜੋ ਇਹ ਮਿਸਾਲ ਲੈ ਕੇ ਆਏ ਹੈ, ਮੈਂ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦੇਣਾ। ਜਿਹੜੀਆਂ ਸਾਡੀਆਂ ਇਸ ਸੀਜ਼ਨ 2 ਦੀਆਂ ਜਿਹੜੀਆਂ ਖੇਡਾਂ ਸ਼ੁਰੂ ਹੋਣ ਜਾ ਰਹੀਆਂ, ਮੈਂ ਸਭ ਤੋਂ ਪਹਿਲੇ ਤਾਂ ਆਪਣੇ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਜੀ ਨੂੰ ਬਹੁਤ ਬਹੁਤ ਮੁਬਾਰਕਬਾਦ ਦੇਣਾ ਜਿਨ੍ਹਾਂ ਨੇ ਬੱਚਿਆਂ ਦੇ ਲਈ, ਆਪਣੇ ਖਿਡਾਰੀਆਂ ਦੇ ਲਈ ਐਡਾ ਵਧੀਆ ਤਰੀਕੇ ਦਾ ਉਪਰਾਲਾ ਕੀਤਾ ਹੈ। ਸੋ ਜਿਹਦੇ ਵਿੱਚ ਸਾਡੇ ਪੰਜਾਬ ਸੂਬੇ ਦੇ ਜਿਹੜੇ ਬੱਚੇ ਹੈ, ਹੋਣਹਾਰ ਬੱਚੇ ਆ ਜਿਨ੍ਹਾਂ ਦੇ ਵਿੱਚ ਟੈਲੈਂਟ ਹੈ, ਉਹ ਸਾਰਿਆਂ ਨੂੰ ਆਪਣੀ ਜਿਹੜੀ ਉਹਨਾਂ ਦੀ ਜਿਹੜੀ ਖਾਸੀਅਤ ਹੈ ਖੇਡਾਂ ਦੀ, ਉਹ ਆਪਣੇ ਫੀਲਡ ਦੇ ਵਿੱਚ ਉਤਰਨਗੇ। ਸੋ ਮੈਂ ਸਾਰੇ ਜਿੰਨੇ ਵੀ ਬੱਚੇ ਇਹ ਪ੍ਰਤੀਯੋਗਤਾ ਦੇ ਵਿੱਚ ਜਿਹੜੇ ਹਿੱਸਾ ਲੈਣ ਜਾ ਰਹੇ ਆ, ਮੈਂ ਉਹਨਾਂ ਨੂੰ ਵੀ ਜ਼ਿਲ੍ਹਾ ਪਠਾਨਕੋਟ ਦੇ ਵਿੱਚ ਉਹਨਾਂ ਦਾ ਨਿੱਘਾ ਸਵਾਗਤ ਕਰਦੇ ਹਾਂ। ਅਸੀਂ ਪਠਾਨਕੋਟ ਦੀ ਧਰਤੀ ਦੇ ਵਿੱਚ ਉਹਨਾਂ ਦਾ ਨਿੱਘਾ ਸਵਾਗਤ ਕਰਦੇ ਹਾਂ ਔਰ ਬੱਚਿਆਂ ਨੂੰ ਇਹ ਬੇਨਤੀ ਕਰਦਾ ਵੀ ਤੁਸੀਂ ਜਿਹੜੇ ਵੀ ਆਪਣੇ ਫੀਲਡ ਦੇ ਵਿੱਚ ਖੇਡਾਂ ਗੇਮਾਂ ਖੇਡ ਰਹੇ ਹੋ, ਤੁਸੀਂ ਦਿਨ ਰਾਤ ਮਿਹਨਤ ਕਰਦੇ ਹੋ ਔਰ ਆਪਣੇ ਮਾਂ ਪਿਓ ਦਾ, ਆਪਣੇ ਸਮਾਜ ਦਾ, ਆਪਣੇ ਜ਼ਿਲ੍ਹੇ ਦਾ ਨਾਂ ਰੋਸ਼ਨ ਤੁਸੀਂ ਕਰਨ ਜਾ ਰਹੇ ਹੋ। ਸੋ ਮੈਂ ਤਮਾਮ ਆਪਣੇ ਜਿੰਨਾ ਵੀ ਜ਼ਿਲ੍ਹਾ ਪ੍ਰਸ਼ਾਸਨ, ਆਪਣੇ ਪੰਜਾਬ ਸਰਕਾਰ ਦਾ ਔਰ ਜਿਹੜੇ ਖਿਡਾਰੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦੇਣਾ ਔਰ ਜਿੰਨੇ ਵੀ ਸਾਡੇ ਜ਼ਿਲ੍ਹਾ ਪਠਾਨਕੋਟ ਦੇ ਵਸਨੀਕ ਹੈ ਸਾਰਿਆਂ ਨੂੰ ਬੇਨਤੀ ਕਰਦਾ ਵੀ ਤੁਸੀਂ ਸਾਰੇ ਇਹਨਾਂ ਦੇ ਵਿੱਚ ਆ ਕੇ ਸ਼ਮੂਲੀਅਤ ਪਾਓ ਔਰ ਇਹਨਾਂ ਦਾ ਸਹਿਯੋਗ ਕਰੋ ਤਾਂ ਜੋ ਜਿਹੜੇ ਸਾਡੇ ਬੱਚੇ ਅੱਗੇ ਵਧਣ ਫੁੱਲਣ।